ਘੁੰਮਣ ਵਾਸਤੇ ਜਾ ਰਿਹਾ ਸੀ ਵੀ ਕੋਈ ਕੰਮ ਧੰਦਾ ਹੁੰਦਾਗਾ ਫਿਰ ਮੁੰਡਾ ਸੀ ਕੋਈ ਨਾਲ ਹੋਊਗਾ ਜਾਂਦੇ ਹੋਣਗੇ ਬਸ 17 ਤਰੀਕ ਨੂੰ ਤਾਂ ਵਾਪਸ ਹੀ ਆਉਣਾ ਸੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਮਾਮਲੇ ਦੇ ਵਿੱਚ ਮੂਸੇਵਾਲਾ ਦੇ ਗਵਾਂਢੀ ਨੌਜਵਾਨ ਨੂੰ ਅੰਮ੍ਰਿਤਸਰ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਜਗਤਾਰ ਸਿੰਘ ਦੇ ਉੱਤੇ ਮੂਸੇਵਾਲਾ ਦੇ ਰੇਕੀ ਕਰਨ ਅਤੇ ਉਸਦੇ ਗਾਣੇ ਲੀਕ ਕਰਨ ਦੇ ਇਲਜ਼ਾਮ ਨੇ ਉਸਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਤੇ ਮੂਸੇਵਾਲਾ ਦੇ ਮਾਤਾ ਪਿਤਾ ਨੇ ਸ਼ੱਕ ਜਤਾਇਆ ਸੀ ਅਤੇ ਚਾਰਜਸ਼ੀਟ ਦੇ ਵਿੱਚ ਜਗਤਾਰ ਅਤੇ ਅਵਤਾਰ ਦੋਵਾਂ ਦਾ ਨਾਮ ਦਰਜ ਕੀਤਾ ਸੀ ਦੋਵੇਂ ਸਕੇ ਭਰਾ ਨੇ ਅਤੇ ਮੂਸੇਵਾਲਾ ਦੇ ਗਵਾਂਢੀ ਨੇ ਅੱਜ ਅੰਮ੍ਰਿਤਸਰ 에어ਪੋਰਟ ਤੇ ਜਗਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਦੁਬਈ ਜਾਣ ਵਾਲਾ ਸੀ ਪਰ ਇਸ ਨੂੰ ਲੈ ਕੇ ਜਗਤਾਰ ਦੀ ਮਾਂ ਦਾ ਵੱਡਾ ਬਿਆਨ ਆਇਆ ਉਸਨੇ ਬਿਆਨ ਦਿੰਦੇ ਹੋਏ ਇਹ ਗੱਲ ਆਖੀ ਹੈ ਕਿ ਉਸਦਾ ਮੁੰਡਾ ਦੁਬਈ ਦੇ ਵਿੱਚ ਘੁੰਮਣ ਫਿਰਨ ਅਤੇ ਕੰਮ ਦੇ ਲਈ ਜਾ ਰਿਹਾ ਸੀ ਉਹ ਲੋਕ ਚੋਰ ਨਹੀਂ ਹਨ ਉਹਨਾਂ ਦੇ ਬੈਂਕ ਖਾਤੇ ਚੈੱਕ ਕੀਤੇ ਜਾ ਸਕਦੇ ਨੇ ਕੀ ਨਾਮ ਹੈ ਜੀ ਮੇਰਾ ਅਮਰਜੀਤ ਕੌਰ ਜਗਤਾਰ ਸਿੰਘ ਤੁਹਾਡਾ ਕੀ ਲੱਗਦਾ ਜੀ ਮੇਰਾ ਪੁੱਤਰ ਹੈ ਪੁਲਿਸ ਨੇ ਉਹਨਾਂ ਨੂੰ 에어ਪੋਰਟ ਤੋਂ ਚੱਕਿਆ ਕੀ ਕਹੋਗੇ ਉਹ ਜੀ ਉਹੀ ਗੱਲ ਉਹ ਤਾਂ ਵੀ ਆਪਦੇ ਕੰਮ ਧੰਦੇ ਘੁੰਮਣ ਘੁੰਮਣ ਵਾਸਤੇ ਜਾਂਦੇ ਸੀ 17 ਤਰੀਕ ਨੂੰ ਤਾਂ ਉਹਨਾਂ ਨੇ ਵਾਪਸ ਹੋਣਾ ਸੀ ਇਹ ਗਲਤ ਉਸ 'ਚ ਚੱਕਿਆ ਗਿਆ ਵੀ ਕੋਈ ਸਾਡਾ ਮਸਲਾ ਨਹੀਂ ਅਸੀਂ ਤਾਂ ਇਸ ਗੱਲ ਦਾ ਵੀ ਬਹੁਤ ਆਪਦੇ ਘਰੇ ਵੀ ਐਂ ਕਹਿ ਰਹੇ ਹਾਂ ਵੀ ਇਹ ਜਿਹੜੀਆਂ ਗਲਤ ਗੱਲਾਂ ਹੋ ਰਹੀਆਂ ਨੇ ਵੀ ਜਾਣ ਕੇ ਹੀ ਕਰ ਰਹੇ ਨੇਗੇ ਠੀਕ ਆ ਵੀ ਅਸੀਂ ਤਾਂ ਬਾਬੇ ਦੀ ਬੀੜ ਚੱਕਣ ਨੂੰ ਵੀ ਸਿਰ 'ਤੇ ਫਿਰਦੇ ਹਾਂ ਵੀ ਜੇ ਅਸੀਂ ਸਾਡੇ 'ਚ ਕੋਈ ਕਮੀ ਹੋਵੇ ਜਾਂ ਮੁੰਡਾ ਸਾਡਾ ਇਸ ਲੋਟਾ ਹੈ ਜਗਤਾਰ ਭੱਜਣ ਨੂੰ ਫਿਰਦਾ ਉਹ ਤਾਂ ਘੁੰਮਣ ਵਾਸਤੇ ਹੀ ਜਾ ਰਿਹਾ ਸੀ ਵੀ ਕੋਈ ਕੰਮ ਧੰਦਾ ਹੁੰਦਾਗਾ ਫਿਰ ਮੁੰਡਾ ਸੀ ਕੋਈ ਨਾਲ ਹੋਊਗਾ ਜਾਂਦੇ ਹੋਣਗੇ ਬਸ 17 ਤਰੀਕ ਨੂੰ ਤਾਂ ਵਾਪਸ ਹੀ ਆਉਣਾ ਸੀ ਪਤਾ ਉਹਨਾਂ ਨੇ ਅੱਛਾ ਕਿਤੇ ਜਾ ਰਹੇ ਸੀ ਕਿਤੇ ਜਾ ਕੇ ਬਾਹਰ ਭੱਜ ਰਹੇ ਸੀ ਤੁਸੀਂ ਨਾ ਨਾ ਫਿਰ ਜਾ ਰਿਹਾ ਸੀ ਜਾ ਰਿਹਾ ਸੀ ਉਹੀ ਗੱਲ ਘੁੰਮਣ ਵਾਸਤੇ ਕੋਈ ਕੰਮ ਧੰਦਾ ਹੋਊਗਾ ਦੇਖੋ ਹਾਂ ਹਾਂ ਵੀ 17 ਤਰੀਕ ਨੂੰ ਤਾਂ ਮੈਂ ਕਹਿੰਦਾ ਵਾਪਸ ਹੀ ਹੋ ਜਾਣਾਗਾ 17 ਤਰੀਕ ਨੂੰ ਤਾਂ ਵਾਪਸ ਹੋਣਾ ਸੀ ਉਹਨਾਂ ਨੇ ਕੋਈ ਅਸੀਂ ਚੋਰ ਨਹੀਂ ਸੀ ਜਗਤਾਰ ਕੋਈ ਉਹ ਗੱਲ ਠੱਗ ਨਹੀਂ ਸੀ ਕੁਛ ਨਹੀਂ ਸੀ ਅਵਤਾਰ ਵੀ ਘਰੀ ਆ ਅਸੀਂ ਕੋਈ ਲੁਕਦੇ ਨਹੀਂ ਜੇ ਅਸੀਂ ਲੁਕਾਂਗੇ ਤਾਂ ਸਾਡੇ 'ਤੇ ਉਹੀ ਗੱਲ ਪੁੱਠਾ ਉਹੀ ਗੱਲ ਜਲਾਮਪੂ ਮੁੰਡਾ ਵਾਹੀ ਕਰਦਾ ਗਾ ਤਾਰ ਸਿੰਘ ਅਤੇ ਉਹ ਆਪਦਾ ਬਾਹਰ ਦਿਹਾੜੀ ਵਿਚਾਰਾ ਦਿਹਾੜੀ ਵੀ ਕਰ ਰਿਹਾ ਗਾ ਠੀਕ ਆ ਅਤੇ ਘਰੇ ਉਹੀ ਗੱਲ ਚੱਲ ਜੇ ਉਹਨੇ ਆਪਦਾ ਕੋਈ ਵੀਜ਼ਾ ਕੋਈ ਲਵਾ ਲਿਆ ਕੋਈ ਫੜ ਤੁਰ ਕੇ ਵਿਚਾਰੇ ਨੇ ਉਹ ਗੱਲ ਉਹ ਕਰ ਲਿਆ ਕੋਈ ਕਿਸੇ ਤੋਂ ਪੈਸਾ ਨਹੀਂ ਲਿਆ ਕੁਛ ਨਹੀਂ ਸਾਡੀ ਤਾਂ ਦਿਹਾੜੀ ਆ ਕੋਈ ਗਲਤ ਗੱਲਾਂ ਕਿੰਨੀਆਂ ਹੀ ਕਹੀ ਜਾਵੇ ਅਤੇ ਇਹ ਕੋਈ ਵੀ ਉਹੀ ਗੱਲ ਮਸਲਾ ਉਹੀ ਗੱਲ ਜਮਾਂ ਠੀਕ ਠਾਕ ਆ ਸਾਡੀ ਪੁੱਛਤਾਸ ਹੋਈ ਹੋਈ ਆ ਇੱਥੇ ਸਾਰੀ ਮਾਨਸਾ 'ਚ CI ਸਟਾਫ ਦੇ ਵਿੱਚ ਭੋਰਾ ਵੀ ਸਾਡੀ ਗਲਤੀ ਨਹੀਂ ਗੀ ਜਗਤਾਰ ਸਿੰਘ ਦੱਸ ਕੇ ਗਿਆ ਸੀ ਵੀ ਕਿੱਥੇ ਜਾ ਰਿਹਾ ਸੀ ਹਾਂ ਹਾਂ ਉਹਨੇ ਦੱਸਿਆ ਸੀ ਵੀ ਮੈਂ ਡਮਈ ਜਾਊਂਗਾ ਕੋਈ ਚੋਰੀਆਂ ਨਹੀਂ ਗਿਆ ਪੁੱਤ ਕੋਈ ਉਹੀ ਗੱਲ ਉਹ ਲੁਕਿਆ ਨਹੀਂ ਕੋਈ ਅਸੀਂ ਚੋਰ ਨਹੀਂ ਕੋਈ ਠੱਗ ਨਹੀਂ ਗਏ ਸਾਡੀ ਉਹੀ ਗੱਲ ਇੱਥੇ ਪੁੱਛਦੱਸ ਹੋਈ ਆ ਕਹੇ 12 ਪੂਰੀ ਸਖਤਾਈ ਨਾਲ ਪੁੱਛਦੱਸ ਕੀਤੀ ਆ ਸਾਡੀ ਪੂਰੀ ਸਖਤਾਈ ਨਾਲ ਵੀ ਸਾਡੇ 'ਚ ਕੋਈ ਗਲਤੀ ਨਹੀਂ ਕੋਈ ਲੁਕਿਆ ਨਹੀਂ ਅਵਤਾਰ ਵੀ ਘਰੀ ਆਪਦੀ ਵਾਹੀ ਕਰ ਰਿਹਾ ਹੈਗਾ ਅਤੇ ਜਗਤਾਰ ਚੱਲ ਉਹ ਹੁਣ ਉਹੀ ਗੱਲ ਜੁੱਦੇ ਦਾ ਕੰਮ ਕਰਦਾ ਆਪਦਾ ਮਾੜਾ ਮੋਟਾ ਜਿਹਾ ਜਿਹਾ ਚੱਲੀ ਵਿਚਾਰੇ ਦਾ ਬੰਦ ਹੀ ਸੀ ਹੁਣ ਤਾਂ ਕੰਮ ਮਾੜਾ ਮੋਟਾ ਚੱਲੀ ਜਾਂਦਾ ਸੀ ਚੱਲ ਆਪਦਾ ਕੋਈ ਬਾਹਰ ਘੁੰਮਣ ਘੁੰਮਣ ਜਾਂਦੇ ਹੋਣ ਕਿਉਂ ਕੰਮ ਧੰਦਾ ਹੋਊ ਆਪਾਂ ਨੇ ਤਾਂ ਦੱਸਿਆ ਨਹੀਂ ਗਾ ਪੁੱਤ ਮੈਨੂੰ ਤਾਂ ਜਿਹੜੇ ਬਈ ਉਹਦੇ ਖਾਤੇ ਨੇ ਜਗਤਾਰ ਸਿੰਘ ਦੇ ਉਹਦੀ ਮਾਤਾ ਦੇ ਵੀ ਅਵਤਾਰ ਦਾ ਤਾਂ ਹੈ ਹੀ ਨਹੀਂ ਖਾਤਾ ਸਾਡੇ ਮਾਂ ਪੁੱਤਾਂ ਦੇ ਖਾਤੇ ਚੈੱਕ ਕਰਾਏ ਜਾਣ ਠੀਕ ਆ ਜੇ ਕੋਈ ਮੇਰੇ ਖਾਤੇ 'ਚੋਂ ਜਾਂ ਜਗਤਾਰ ਦੇ ਖਾਤੇ 'ਚੋਂ ਕੁਛ ਮਿਲਿਆ ਜਿਹੜਾ ਕੁਛ ਕਰਨਾ ਉਹ ਕਰ ਲੈਣਗੇ ਠੀਕ ਆ ਅਸੀਂ ਤਾਂ ਆਪਦੀ ਪੁੱਤ ਘਰੇ ਟਾਈਮ ਪਾਸ ਕਰ ਰਹੇ ਹਾਂ ਮੈਂ ਰੰਡੀ ਤੀਵੀਂ ਹਾਂ ਮੈਂ ਨਿੱਕੇ ਨਿੱਕੇ ਆਪਦੇ ਬੱਚੇ ਪਾਲੇ ਨੇ ਇਹ ਦੋਸਤ ਸਾਨੂੰ ਝੂਠਾ ਲਾ ਰਹੇ ਨੇਗੇ ਠੀਕ ਆ ਕੋਈ ਸਾਡੀ ਇਹਨਾਂ ਨਾਲ ਦੁਸ਼ਮਣੀ ਨਹੀਂ ਕੋਈ ਸਾਡਾ ਕੁਛ ਨਹੀਂ ਵਿਚਾਰਿਆਂ ਨਾਲ ਸਾਡਾ ਕੀ ਉਹੀ ਗੱਲ ਹੋ ਸੀ ਵੀ ਚਲੋ ਉਹ ਇਹਨੂੰ ਨਹੀਂ ਸੀ ਬੁਲਾਉਂਦਾ ਇਹ ਉਹਨੂੰ ਨਹੀਂ ਸੀ ਬੁਲਾਉਂਦੇ ਆਹੀ ਗੱਲ ਬਸ ਸੀ ਕੋਈ ਵੀ ਸਾਡੀ ਉਹੀ ਗੱਲ ਇਹਦੇ ਨਾਲ ਦੁਸ਼ਮਣੀ ਨਹੀਂ ਸੀ ਕੋਈ ਗੱਲਬਾਤ ਨਹੀਂ ਸਾਡੀ ਹਾਂ ਸਾਡੇ ਖਾਤੇ ਚੈੱਕ ਕੀਤੇ ਜਾਣ ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ ਨੇ ਜਗਤਾਰ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਮਾਨਸਾ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਉਧਰ ਜਗਤਾਰ ਦੀ ਮਾਂ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਮਾਨਸਾ CIA ਸਟਾਫ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਹੋ ਚੁੱਕੀ ਹੈ ਪੁੱਛਗਿੱਛ ਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਵੀ ਮਿਲ ਗਈ ਹੈ ਉਸਦੇ ਬੇਕਸੂਰ ਪੁੱਤਰਾਂ ਨੂੰ ਫਸਾਇਆ ਜਾ ਰਿਹਾ ਹੈ ਉਸਦਾ ਪੁੱਤਰ ਜਗਤਾਰ ਦੁਬਈ ਦੇ ਵਿੱਚ ਕੰਮ ਕਰਨ ਦੇ ਲਈ ਜਾ ਰਿਹਾ ਸੀ ਜਦਕਿ ਅਵਤਾਰ ਪਿੰਡ ਦੇ ਵਿੱਚ ਰਹਿ ਕੇ ਹੀ ਖੇਤੀ ਕਰ ਰਿਹਾ ਉਹ ਲੋਕ ਕਿਤੇ ਵੀ ਫਰਾਰ ਨਹੀਂ ਹੋਏ ਮਾਨਸਾ ਤੋਂ ਪੱਤਰਕਾਰ ਸੰਜੀਵ ਲੱਕੀ ਦੀ ਰਿਪੋਰਟ ਹਮਦਰਦ TV